ਤੁਸੀਂ ਦੇਖ ਰਹੇ ਜੀ ਡੀ ਪੀ ਨਿਊਜ਼, ਮੈਂ ਮੂਰੇ ਪੱਟੀ। ਅਸੀਂ ਇਸ ਵੇਲੇ ਖੜ੍ਹੇ ਹਾਂ ਕਰਤਾਰਪੁਰ ਕੋਰੀਡੋਰ ਟੀ ਪੁਆਇੰਟ 'ਤੇ ਜੀ, ਮੇਨ ਜੀ ਪਿੰਡ ਮਾਨ, ਜਿੱਥੇ ਕਿ ਕਰਤਾਰਪੁਰ ਲੰਘ ਦੀ ਸ਼ੁਰੂਆਤ ਹੋਈ ਸੀ ਜੀ। ਆਹ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਵੀ ਇੱਕ ਥੋੜ੍ਹੀ ਝਲਕ ਦਿਖਾਈ ਜਾਵੇ। ਆਹ ਤੁਸੀਂ ਦੇਖ ਰਹੇ ਇੱਕ ਮੁਕਾਰ ਫਰੰਟ ਪੁਆਇੰਟ 'ਤੇ, ਟੀ ਪੁਆਇੰਟ 'ਤੇ ਇੱਕ ਮੁਕਾਰ ਜਿਹੜਾ ਜਾਂ ਇਹਦਾ ਜਿਹੜਾ ਜੋ ਹੈਗਾ ਜੀ ਰਬਾਬ, ਬਾਬੇ ਮਰਦਾਨੇ ਦੀ ਰਬਾਬ ਵੀ ਹੈਗੀ ਪਈ ਸਾਹਮਣੇ। ਇਹ ਜਿਹੜਾ ਮਾਰਗ ਜੀ ਸਮਾਰਕ ਜਿਹੜਾ ਉੱਘੇ ਸਮਾਜ ਸੇਵਕ ਡਾਕਟਰ ਓਬਰਾਏ ਨੇ ਆਪਣੇ ਤਰਫੋਂ ਇਹ ਚੌਂਕ ਦੇ ਵਿੱਚ ਰਬਾਬ ਅਤੇ ਇੱਕ ਮੁਕਾਰ ਦਾ ਜਿਹੜਾ ਇਹ ਪੁਆਇੰਟ ਸਥਾਪਿਤ ਕੀਤਾ ਸੀਗਾ। ਰਾਤ ਨੂੰ ਲਾਈਟਾਂ ਦੀ ਵੀ ਜਗਮਗ ਜਿਹੜੀ ਸੀ ਇੱਥੇ ਹੁੰਦੀ ਰਹੀ ਸੀਗੀ, ਪਰ ਇਸ ਵੇਲੇ ਉਹ ਤੁਹਾਨੂੰ ਦੱਸ ਰਹੀ ਆ ਵੀ ਜਿਹੜੀਆਂ ਅਹਿਮ ਖਬਰ ਜਿਹੜੀ ਹੈਗੀ ਆ ਵੀ ਲਾਈਟਾਂ ਜਿਹੜੀਆਂ ਨੇ ਜਿਹੜੀਆਂ ਥੱਲੋਂ ਆਪਾਂ ਤਾਂ ਉਹਨੂੰ ਮਾਰਨੇ ਆ ਆਕਰਸ਼ਣ ਰੋਸ਼ਨੀਆਂ, ਉਹ ਲਾਈਟਾਂ ਗਾਇਬ ਹੋ ਚੁੱਕੀਆਂ ਨੇ। ਆਓ ਤੁਹਾਨੂੰ ਝਲਕੀ ਦਿਖਾਉਂਦੇ ਹਾਂ ਵੀ ਲਾਈਟਾਂ ਗਾਇਬ ਦੀਆਂ ਜੀ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਜੀ ਵੀ ਇਹ ਜਿਹੜੀਆਂ ਲਾਈਟਾਂ ਨੇ ਕਾਫੀ ਕੋਈ 3-4 ਮਹੀਨੇ ਤੋਂ ਗਾਇਬ ਨੇ। ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 3 ਸਾਲ ਪਹਿਲਾਂ ਜਿਹੜਾ ਇਹ ਪ੍ਰੋਜੈਕਟ ਜਿਹੜਾ ਕੋਰੀਡੋਰ ਲਾਂਗਾ ਇਹ ਸਮਰਪਿਤ ਕੀਤਾ ਸੀਗਾ। ਲਾਈਟਾਂ ਦੀ ਜੇ ਗੱਲ ਕਰੀਏ ਤਾਂ ਇਸ ਵੇਲੇ ਲਾਈਟਾਂ ਗਾਇਬ ਹੋ ਚੁੱਕੀਆਂ ਨੇ। ਜਿਹੜੇ ਕੋਰੀਡੋਰ ਦੇ ਰੱਖ ਰਖਾਅ ਵਾਲੇ ਨੇ ਆ ਉਹਨਾਂ ਨੂੰ ਵੀ ਸ਼ਾਇਦ ਇਸ ਬਾਰੇ ਨਹੀਂ ਪਤਾ। ਆਓ ਉਹਨਾਂ ਕੋਲ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਵੀ ਉਸ ਬਾਰੇ ਕੀ ਕਹਿਣਾ ਚਾਹੁੰਦੇ ਨੇ। ਸਾਹਮਣੇ ਤੁਸੀਂ ਦੇਖ ਰਹੇ ਸੀ ਵੀ ਆਪਾਂ ਨਾਕੇ ਵਾਲੇ ਵੀ ਜਿਹੜੇ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਆ, ਪਰ ਉਹ ਕਹਿੰਦੇ ਵੀ ਸਾਨੂੰ ਇਸ ਬਾਰੇ ਪਤਾ ਨਹੀਂ ਆ। ਪਰ ਹਾਂ ਇਹ ਨਾ ਜ਼ਰੂਰ ਪਤਾ ਵਾ ਵੀ ਇਹ ਕੋਈ 3-4 ਮਹੀਨੇ ਤੋਂ ਲਾਈਟਾਂ ਜਿਹੜੀਆਂ ਨੇ ਇਸੇ ਗੈਪ ਨੇ ਜੀ। ਆਹ ਦੇਖੋ ਜੀ ਤੁਸੀਂ ਜੀ ਜਿਹੜੀ ਇਹ ਲਾਈਟ ਜਿਹੜੀ ਹੈਗੀ ਜੀ ਸਿੱਧੀ ਹੀ ਜਿਹੜੀ ਇੱਥੇ ਆ ਸੰਗਮਰਮਰ ਦਾ ਪੱਥਰ ਜਿਹੜਾ ਕਿ ਉੱਥੇ ਲਾਈਟ ਰੰਗ ਬਣ ਗਈਆਂ, ਲਾਈਟਾਂ ਜਿਹੜੀਆਂ ਵੱਜਦੀਆਂ ਸੀਗੀਆਂ ਅਤੇ ਰਾਤ ਨੂੰ ਆਕਰਸ਼ਣ ਜਿਹੜਾ ਇਹ ਸੀਨ ਨਜ਼ਰ ਆਉਂਦਾ ਸੀ ਆ। ਆਹ ਤੁਸੀਂ ਦੇਖ ਕੇ ਕਿਉਂ ਜੀ, ਆਹ ਦੇਖੋ ਨੰਬਰ 2 ਲਾਈਟ ਜਿਹੜੀ ਹੈਗੀ ਆ ਉਸ ਤੋਂ ਵੀ ਗਾਇਬ ਹੋ ਚੁੱਕੀ ਹੈ। ਨੰਬਰ 3 ਲਾਈਟ ਇੱਥੇ ਵੀ ਜਿਹੜੀ ਲਾਈਟ ਉਹ ਵੀ ਗਾਇਬ ਹੋ ਚੁੱਕੀ ਆ। ਆਹ ਤੁਸੀਂ ਹੋਰ ਜਾ ਕੇ ਨੰਬਰ 4 'ਤੇ ਜਿਹੜੀ ਲਾਈਟ ਲੱਗੀ ਸੀਗੀ, ਆਹ ਦੇਖੋ ਤੁਸੀਂ ਇਹਨਾਂ 'ਤੇ ਅਤੇ ਉਹਨਾਂ ਦੇ ਬੋਰਡ ਹੀ ਮਫੀ ਪੁੱਟ ਕੇ ਅਤੇ ਲੈ ਕੇ ਦਿੰਦੇ। ਬਾਕੀ ਅਗਲੀ ਹੁਣ ਤੁਹਾਨੂੰ ਹੋਰ ਜਾਣਕਾਰੀ ਦਿੰਦੇ ਹਾਂ ਜੀ। ਸਾਹਮਣੇ ਤੁਸੀਂ ਦੇਖਿਓ ਜਿਹੜੇ ਮੇਨ ਰੋਡ ਜਿਹੜਾ ਕਰਤਾਰਪੁਰ ਕੋਰੀਡੋਰ ਨੂੰ ਜਿਹੜਾ ਇੱਥੋਂ ਜਾ ਰਿਹਾ ਵਾ ਸਿੱਧਾ ਹੀ, ਹਾਂਜੀ ਉਰੇ ਅਤੇ ਆਤਮ ਤੋਂ ਤੁਸੀਂ ਟੀ ਪੁਆਇੰਟ ਤੋਂ ਦੇਖ ਰਹੇ ਹੋ ਜੀ, ਡੇਰਾ ਬਾਬਾ ਨਾਨਕ ਦਾ ਜਿਹੜੀ ਆ ਪੰਜਾਬ ਪੁਲਿਸ ਦਾ ਨਾਕਾ ਵੀ ਇਸ ਵੇਲੇ ਇੱਥੇ ਮੌਜੂਦ ਹੈਗਾ ਵਾ। ਅੱਜ ਸ਼੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਿਹੜੀ ਸੰਗਤ ਜਾਂਦੀ ਹੈ ਸਟਾਰਟਿੰਗ ਇੱਥੋਂ ਹੁੰਦੀ ਹੈ। ਸੋ ਇਹ ਟੀ ਪੁਆਇੰਟ ਹੈ ਜਿੱਥੇ ਅਸੀਂ ਖੜ੍ਹੇ ਹਾਂ। ਸੋ ਇਹ ਉਸ ਟਾਈਮ ਦੀ ਸਰਕਾਰਾਂ ਦੀ ਇਹ ਪ੍ਰੋਜੈਕਟ ਸੀ ਉਹਨਾਂ ਦਾ ਕਿ ਇੱਥੇ ਇੱਕ ਆਈਕੋਨ ਬਣਾਇਆ ਜਾਵੇ ਸਟਾਰਟਿੰਗ ਵਿੱਚ, ਕਿ ਜਿੱਥੇ ਲੋਕ ਆਉਣ ਅਤੇ ਇੱਕ ਵੱਖਰੀ ਪਹਿਚਾਣ ਸੀ, ਨਾਲੇ ਬਾਬਾ ਨਾਨਕ ਅਤੇ ਭਾਈ ਮਰਦਾਨਾ ਜੀ ਦੀ ਜੋ ਸਾਂਝ ਸੀ ਆਪਸ ਵਿੱਚ ਇਹ ਉਹਨੂੰ ਦਰਸਾਇਆ ਗਿਆ। ਇੱਥੇ ਫਿਰ ਅਸੀਂ ਇਹ ਜਿਹੜੀ ਬਿਲਡਿੰਗ ਬਣਾਈ ਸਰਕਾਰ ਤੋਂ ਮੈਂ ਲੈ ਲਈ ਸੀ, ਕਿਉਂਕਿ ਉਹ ਖਰਚਾ ਨਹੀਂ ਸੀ ਕਰ ਰਹੇ। 20 ਦਿਨਾਂ ਵਿੱਚ ਮੈਂ ਸਾਰੀ ਤਿਆਰ ਕੀਤੀ ਸੀ ਇਹ ਬਿਲਡਿੰਗ। ਅਸੀਂ ਰਬਾਬ ਦੇਖ ਰਹੇ ਹੋ ਜਿਹੜੀ ਇਹ 5 ਫੁੱਟ ਦੀ ਹੈ, ਉਹ 5.5 ਲੱਖ ਰੁਪਇਆ ਖਰਚਾ ਹੋਇਆ ਸੀ। ਆਹ ਜਿਹੜਾ ਮਟੀਰੀਅਲ ਦੇਖ ਲਓ ਜਿੱਥੇ ਕਿ ਆਪਾਂ ਇਸ ਵੇਲੇ ਮੂਲ ਮੰਤਰ ਦਾ ਪਾਠ ਕਿਹਾ ਹੈ ਇੱਥੇ, ਇਹ ਸਾਰਾ ਇਸ ਮਟੀਰੀਅਲ ਨਾਲ 100 ਸਾਲ ਦੀ ਲਾਈਫ ਹੈ ਇਸ ਮਟੀਰੀਅਲ ਦੀ, ਇਹ ਮਟੀਰੀਅਲ ਖਰਾਬ ਹੀ ਨਹੀਂ ਹੁੰਦਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਬਣਾ ਕੇ 42 ਲੱਖ ਰੁਪਇਆ ਲਾ ਕੇ ਅਸੀਂ ਇਹਨੂੰ ਬਣਾਇਆ ਸੀ। ਜਿਸਦੇ ਉੱਤੇ ਇੱਕ ਓਮਕਾਰ ਦੀ ਗੱਲ ਕਰੀਏ 10 ਫੁੱਟ ਉੱਚਾ ਉਹ ਇੱਕ ਓਮਕਾਰ ਹੈ, ਔਰ ਇਹਨੂੰ ਫਿਰ ਅਸੀਂ ਰਿਵੋਲਵਿੰਗ ਕੀਤਾ ਕਿ ਇਹ ਘੁੰਮਦਾ ਨਜ਼ਰ ਆਏ। ਸੋ ਹਰ ਕੋਰਨਰ ਤੋਂ ਤੁਸੀਂ ਦੇਖੋਗੇ ਤਾਂ ਇੱਕ ਓਮਕਾਰ ਘੁੰਮਦਾ। ਡੇ ਟਾਈਮ ਤੁਹਾਨੂੰ ਹੁਣ ਇਸ ਵੇਲੇ ਜਿਹੜਾ ਵਾਈਟ ਨਜ਼ਰ ਆ ਰਿਹਾ, ਸਿਲਵਰ ਨਜ਼ਰ ਆ ਰਿਹਾ। ਰਾਤ ਨੂੰ ਜਿਸ ਵੇਲੇ ਚੱਲਦੀਆਂ ਲਾਈਟਾਂ ਪੈਂਦੀਆਂ ਸੀਗੀਆਂ ਅਤੇ ਲਾਈਟਾਂ ਨਾਲ ਇਹ ਗੋਲਡਨ ਕਲਰ ਜਿਹੜਾ ਤਬਦੀਲ ਹੋ ਜਾਂਦਾ ਸੀਗਾ। ਲੋਕ ਇੱਥੇ ਆਉਂਦੇ ਸੀ ਬਾਹਰੋਂ, ਇੱਥੇ ਪਹਿਲਾਂ ਖੜ੍ਹ ਕੇ ਸੈਲਫੀਆਂ ਕਰਾਉਂਦੇ ਸੀ, ਸੈਲਫੀਆਂ ਕਰਾ ਕੇ ਫਿਰ ਅੱਗੇ ਜਾਂਦੇ ਸੀਗੇ। ਅੱਜ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਕਿ ਅਸੀਂ ਤਾਂ ਜਿਹੜਾ ਪ੍ਰੋਜੈਕਟ ਤਿਆਰ ਕਰਦੇ ਹਾਂ ਸਰਕਾਰ ਨੂੰ ਦੇ ਦਿੰਦੇ ਹਾਂ, ਚਾਹੇ ਕਿਸੇ ਵੀ ਡਿਪਾਰਟਮੈਂਟ 'ਚ ਹੋਵੇ। ਸੋ ਇਹ ਵੀ ਪ੍ਰੋਜੈਕਟ ਅਸੀਂ ਬਣਾ ਕੇ ਦੇਤਾ ਸੀ, ਲੇਕਿਨ ਬੜਾ ਦੁੱਖ ਹੋਇਆ ਅੱਜ ਕਿ ਮਾਰਬਲ ਟੁੱਟਿਆ ਹੋਇਆ ਇੱਥੋਂ ਦੀ। ਆਹ ਦੇਖੋ ਲਾਈਟਾਂ ਨਹੀਂ, ਅੱਜ ਜਿੰਨੀਆਂ ਲਾਈਟਾਂ ਲੱਗੀਆਂ ਸੀ ਜਿਹੜੀਆਂ ਪੈਂਦੀਆਂ ਸੀ ਉਹ ਸਾਰੀਆਂ ਚੋਰੀ ਹੋ ਚੁੱਕੀਆਂ ਨੇ ਇੱਥੋਂ ਦੀ, ਮੋਟਰਾਂ ਤੱਕ ਨਹੀਂ ਚੱਲ ਰਹੀਆਂ। ਇਲੈਕਟ੍ਰਿਕ ਅਸੀਂ ਸਵਿੱਚ ਦੇਖੋਗੇ ਇਹ ਸੜਿਆ ਪਿਆ ਸੀ, ਸਾਰੀਆਂ ਤਾਰਾਂ ਸੜ ਗਈਆਂ ਹੋਈਆਂ ਨੇ, ਔਰ ਇਸੇ ਤਰ੍ਹਾਂ ਪਿਆ, ਕੋਈ ਲਾਈਟ ਨਹੀਂ ਜਾਗਦੀ। ਰਾਤ ਨੂੰ ਕੋਈ ਕਹਿ ਨਹੀਂ ਸਕਦਾ ਕਿ ਇੱਥੇ ਕੋਈ ਆਈਕਨ ਤਿਆਰ ਕੀਤਾ ਗਿਆ ਸੀ, ਕਿਉਂਕਿ ਹਨੇਰਾ ਘੁੱਪ ਹੋ ਗਿਆ। ਅੱਜ ਜਿਹੜਾ ਹੁਣ ਡਾਕਟਰ ਸੁਖਨਾਮ ਸਿੰਘ ਨਿੱਜਰ ਜੀ ਮੇਰੇ ਨਾਲ ਖੜ੍ਹੇ ਨੇ, ਸਾਡੇ ਟਰਸਟ ਦੇ ਜਿਹੜੇ ਇਹ ਐਡਵਾਈਜ਼ਰ ਵੀ ਨੇ ਸਾਡੇ, ਅਤੇ ਅੱਜ ਜਿਹੜੀ ਅਸੀਂ ਇਹ ਫੈਸਲਾ ਕੀਤਾ ਕਿ ਅੱਜ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਗਿਆ। ਇੱਕ ਤਾਂ ਬੰਦਾ ਅਸੀਂ ਜਿਹੜਾ ਪਰਮਾਨੈਂਟ ਬੰਦਾ ਇੱਕ ਅਸੀਂ ਇੰਪਲੋਈ ਰੱਖਤਾ ਇੱਥੇ, ਕਿ ਜਿਹੜਾ ਜਿਹਨੂੰ ਸੈਲਰੀ ਪੁੱਛ ਕੀਤੀ ਜਾਏਗੀ ਔਰ ਉਹ ਬੰਦਾ ਇਹਦੀ ਦੇਖ ਰੇਖ ਕਰੇਗਾ ਡੇਲੀ ਬੇਸ ਦੇ ਉੱਤੇ। ਜਿਹੜਾ ਘਰ ਦੇ ਨੂੰ ਘਰ ਵੀ ਕਰਦੇ ਹਾਂ ਸਾਡਾ, ਇਹਦੀ ਅਸੀਂ ਆਰਟੀਫਿਸ਼ਲ ਘਰ ਲਾ ਰਹੇ ਹਾਂ, ਸਾਈਡਾਂ 'ਤੇ ਇਹਦੀ ਪ੍ਰੋਟੈਕਸ਼ਨ ਵਾਸਤੇ ਪਿੱਲਰ ਲਾ ਕੇ ਅਤੇ ਉੱਥੇ ਜਿਹੜਾ ਅੱਛਾ ਜਿਹੜਾ ਸੰਗਲ ਲਾ ਦੇਵਾਂਗੇ।
ਤੇ ਆ ਜਿਹੜਾ ਤੁਹਾਨੂੰ ਮੀਟਰ ਨਜ਼ਰ ਆ ਰਹੇ ਨੇ ਸਾਰੇ ਆ ਬੋਰਡ ਨਜ਼ਰ ਆ ਰਹੇ ਇਹਨਾਂ ਤੇ ਵੀ ਇੱਕ ਹੱਟ ਟਾਈਪ ਬਣ ਜਾਏਗੀ ਜਿਹੜੀ ਕਿ ਦੇਖਣ ਨੂੰ ਸੋਹਣੀ ਲੱਗੇਗੀ ਤੁਹਾਡੇ ਆਉਣ ਵਾਲੇ 10-15 ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਹਦੀ ਇੱਕਦਮ ਰੁੱਖ ਹੀ ਚੇਂਜ ਹੋ ਗਈ ਟੋਟਲ 42 ਲੱਖ ਰੁਪਏ ਮੈਂ ਉਸ ਟਾਈਮ ਤੇ ਖਰਚਿਆ ਸੀ ਜਿਹੜਾ ਕਿ 5.5 ਲੱਖ ਰੁਪਏ ਤਾਂ ਸਿਰਫ ਇੱਕ ਰਬਾਬ ਦੇ ਉੱਤੇ ਲੱਗੇ ਸੀ ਕਿਉਂਕਿ ਇਹ ਰਬਾਬ ਜਿਹੜੀ ਇਹ ਸ਼ਾਨ ਹੈ ਬਾਬੇ ਨਾਨਕ ਦੇ ਨਾਲ ਤੇ ਇਹ ਤਕਰੀਬਨ 42 ਲੱਖ ਰੁਪਏ ਖਰਚਾ ਆਇਆ ਸੀ ਉਸ ਟਾਈਮ ਦੇ ਉੱਤੇ ਪਰ ਅੱਜ ਥੋੜ੍ਹਾ ਦੁੱਖ ਹੋਇਆ ਮੈਨੂੰ ਮੈਂ ਕਿਉਂਕਿ ਮੇਰੀ ਅੱਜ ਫਲਾਈਟ ਹੈ ਮੈਂ ਜਾ ਰਿਹਾ ਸੀ ਅਤੇ ਸੋਚਿਆ ਕਿ ਇੱਧਰੋਂ ਹੋ ਚੱਲੀਏ ਪਰ ਅੱਛਾ ਜਿਹਾ ਨਹੀਂ ਲੱਗਿਆ ਮੈਨੂੰ ਅਤੇ ਇਸ ਕਰਕੇ ਨਾਲ ਦੀ ਨਾਲ ਹੀ ਫੈਸਲਾ ਕਰਕੇ ਡਾਕਟਰ ਸਾਹਿਬ ਨਾਲ ਸੀ ਮੇਰੇ ਇਹਨਾਂ ਨੇ ਕਿਹਾ ਵੀ ਅੱਜ ਤੋਂ ਜਿਹੜਾ ਕੰਮ ਸ਼ੁਰੂ ਕਰ ਦਿਓ ਔਰ ਕੰਮ ਤਾਂ ਕਰ ਦਿੱਤਾ ਗਿਆ ਆਹ ਲਾਈਟ ਆਊਟ ਸਭ ਨਵੀਆਂ ਲੱਗ ਜਾਣਗੀਆਂ ਤੁਸੀਂ ਹਫ਼ਤੇ 10 ਦਿਨਾਂ ਬਾਅਦ ਦੇਖੋਗੇ ਕਿ ਪੂਰੀ ਰੁੱਖ ਚੇਂਜ ਹੋ ਜਾਏਗੀ।